अस्सलाम वालेकुम गाइस, वेलकम बैक विद न्यू नदर व्लॉग। पहले आपने एयरपोर्ट वाला व्लॉग देख लिया, आज नवा व्लॉग है, हम खा गए हैं पुलवानों से रोटी। वो व्लॉग नहीं बनाया, पर मेरी और फराज की लग चुकी है अब शर्त। शर्त ये लगी, इसने 5 रोटियां माशाल्लाह खाई हैं, अब इसने खाने 2 दर्जन केले बगैर रुके। अब इसको हम केले खिलाएंगे, वो हम आपको दिखाएंगे। अगर ये केले खा गए, हम इसको चाकी से आइसक्रीम भी खिलाएंगे। और अगर ये वाला कप नाल ऐड कर, 200 वाला कप खिलाएंगे। 4 कप खाने, मैं कल्ले ने नहीं खाना, 800 रुपए दे 4 कप आने हैं भी नाल। दस कुत्ते हैं को भोगने हैं ही दसने नहीं नहीं ना, तू कह रहे हैं 200 वाला कप खवाना। नहीं नहीं, 200 वाले खदू आप तो ये खा लेगा। आए वोट मेरे, वोट मेरे, वोट मेरे। साजी आप तो14 15 16 ਸ਼ਰਤ ਲੱਗੀ, ਤੁਹਾਨੂੰ ਵੀ ਦਿਖਾਈਏ ਕੇਲਿਆਂ ਦੀ। 2 ਦਰਜਨ ਕੇਲੇ ਮੱਝ ਖਾਣ ਲੱਗੀ ਆ। ਕੌਣ ਆ ਗਿਆ ਸਾਜੀ? ਤਿੰਨ ਦਰਜਨ ਮੇਰੀ ਤੇ ਫਰਾਜ਼ ਦੀ ਗੱਲ ਆ, ਤੁਸੀਂ ਪਹਿਲਾਂ ਗਿਆ। ਹਾਂ ਖਵਾਵਾਂਗੇ ਕੇਲੇ ਤੇ ਖਾਵਾਂ। ਅੱਧਾ ਕੇਲਾ ਵਾਧੂ ਦੇਣਾ ਵਾ। ਅਕੇਲਾ ਨੀ ਖਾ ਰਿਹਾ ਸਾਜੀ, ਕੇਲਾ ਨੀ ਖਾ ਰਿਹਾ। ਕੇਲਾ ਖਾ, ਹਾਂ ਸਪੀਡ ਵਧਾ, ਸਪੀਡ ਵਧਾ, ਸਪੀਡ ਵਧਾ, ਜਾਨ ਲੈ ਜਾਨ ਦੇ। ਇਧਰ ਨੂੰ ਬਾਬਾ ਸੀਰ ਨਾ ਹੋਵੇ ਤੇ ਗੱਲ ਕਰੀ। ਪੂਰੇ ਹੀ ਆਪਣੇ ਹੀ ਆ, ਬੱਜੇ ਜੀ ਖੁੱਲੇ ਜਿਹੜੇ ਆਪਣੇ ਆ। ਓਏ ਪੋਣਾ ਪੋਣਾ ਤੇ ਪਰੇ ਸਿੱਟੀ ਜਾਂਦਾ ਸਾਜ ਜੀ। ਆਈਏ ਘਰ ਤੈਨੂੰ ਬਣਾ ਕੇ ਖਵਾ ਦਾ। ਜਲਦੀ ਖਾ, ਜਲਦੀ ਖਾ, ਜਲਦੀ ਖਾ।
ਉਹ ਨਹੀਂ ਉਹ ਤੂੰ ਉਹਦੇ ਨਾਲ ਮੇਰੇ ਨਾਲ ਇਹਨੂੰ ਗਰਮ ਦੁੱਧ ਪਿਆ ਜੀ ਉਹ ਅਡੋੜੀ ਵਾਲੇ ਜੇ ਗਾਇਸ ਕੇਲੇ ਖਾ ਰਿਹਾ ਕੇਲਾ ਕੇਲੇ ਖਾਦਾ ਵਾ ਸ਼ਾਬਾਸ਼ ਕਿੰਨੇ ਰਹਿ ਗਏ ਇਸਦਾ ਪੇ 12 ਪੇ ਆਡੀਅੰਸ ਵੀ ਦੇਖਣ ਦੇ ਆ ਭਾਈ ਇਹਦਾ ਮੁਕਾਬਲਾ 15 ਕੇਲੇ ਪੇ ਨਾਰੇ ਹਾਦਰੀ ਤਸੱਲੀ ਨਾ ਖਾ ਯਾਰ ਕੋਈ ਰੋਲਾ ਨੀ ਤਸੱਲੀ ਨਾ ਖਾ ਟਾਈਮ ਲੈ ਜਿੰਨਾ ਲੈ ਸਕਦਾ ਵੱਡਾ ਜਿਹਾ ਦੇ ਦੋ ਤੁਸੀਂ ਵੀ ਕੋਈ ਉੱਥੇ ਰੱਖੋ ਤੇ ਸੋ ਗਾਈ ਦੋ ਦਰਜਨ ਕੇਲੋ ਦਾ ਮੁਕਾਬਲਾ ਚੱਲ ਰਿਹਾ ਮੋਟੇ ਕੋ ਬਵਾਸੀਰ ਹੋਏ ਹੋਏ ਕੋ ਕੇਲਾ ਮਾੜੀ ਗੱਲ ਹਾਈ ਸਾਹਿਬ ਦੇਖਣਾ ਕੇਲੇ ਥੋੜੀ ਆਏ ਭਾਈ ਸ਼ਰਤ ਇੱਥੇ ਨੀ ਮੁਕਣੀ ਇੱਕ ਘੰਟਾ ਵੇਟ ਕਰਨਾ ਉਲਟੀ ਦਾ ਹਾਂ ਮੈਂ ਖਵਾ ਦੋ ਕੇਲੇ ਹੋ ਗਏ ਸੁੱਟਦੇ ਭਾਈ ਏਦਾਂ ਵਿਸਤਾ ਜੀ ਗੇਮ ਨੀ ਮੰਨੀ ਮੈਂ ਤੇ ਨੀ ਏਦਾਂ ਗੇਮ ਮੰਨੀ ਜਾਂ ਮੋਲਾ ਕੂੜਾ ਸਟੈਂਡ ਤੇ ਕੋਈ ਕਰਮ ਕਰ ਬੋ ਆਵੇ ਤਿੰਨ ਤੇ ਤਿੰਨ ਛੇ ਸੱਤ ਭੇਜਤਾ ਅਜੇ ਕੇਲਾ ਦੇ ਇੱਕ ਵੀ ਬਹੁਤ ਹੁੰਦਾ ਸਾਈ ਪੱਲਾ ਨੀ ਆ ਮੈਂ ਪਹਿਲਾਂ ਤਾਂ ਹੀ ਬੋਰ ਖੁੱਲਿਆ ਹੋਇਆ ਵਾ ਪਹਿਲਾਂ ਤਾਂ ਹੀ ਬੋਰ ਖੁੱਲਿਆ ਹੋਇਆ ਵਾ ਕੇਲਾ ਤੇ ਚੈੱਕ ਕਰ ਉਹਨੂੰ ਵੀ ਝਾੜੀ ਜਾਂਦਾ ਇੱਥੇ ਰੱਖੋ ਸਾਜੀ ਇੱਥੇ ਰੱਖੋ ਰੱਖ ਨੀ
ਪਸੀਨੇ ਚੈੱਕ ਕਰ ਸਕਦੇ ਆ ਭਾਈ, 1200 ਆਈਸਕ੍ਰੀਮ ਕਾ ਵੀ ਹੈ ਨਾ, ਚੈੱਕ ਕਰ ਸਕਦੇ ਆ 1200 ਆਈਸਕ੍ਰੀਮ ਕਾ ਵੀ ਹੈ ਨਾ। ਗਾਈਸ ਜੀ ਆਪਨੇ ਟੈਨਸ਼ਨ ਨਹੀਂ ਲੈਣੀ, ਇਕੱਲੇ ਅਕੇਲੇ ਨਹੀਂ ਖਾ ਰਹੇ, ਇਹ ਮਿਲਕ ਸ਼ੇਕ ਹੋ ਜਾਏਗਾ ਅੰਦਰ ਜਾ ਕੇ ਆਪ ਦੇਖ ਸਕਦੇ। ਲਾਸ਼ ਹੋ ਗਈ ਆ, ਕਿੰਨੀਆਂ ਕਰਨੀਆਂ ਹਜੇ ਨਹੀਂ ਹੋਈ, ਦੱਸ ਦੇਣਾ ਰਸਤਾ। ਆ ਦੇਖੀ ਕਿੱਡੇ ਕਿੱਡੇ ਵੱਡੇ ਸ਼ਹਿਰ ਦੇ ਵਿੱਚ ਜਾਸਤੀ ਹੈ ਨਾ, ਮੇਨ ਰਿਜ਼ਕ ਦੀ ਵੀ ਬੇਕਦਰੀ ਆ। ਲਾਂਤੀ ਇਨਸਾਨ ਹੈ ਤੂੰ ਨਾ, ਤੂੰ ਅੱਧਾ ਲਾ ਦੇਣਾ ਜੀ, ਚੱਲ ਖਾ ਪੈਸੇ ਲਿਆ ਏਡਾ ਤੂੰ ਖਾ। ਹਾਏ 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 ਹਾਏ, ਚਲੋ ਯਾਰ ਪੰਜ ਪੇ ਕੀ ਹੋਇਆ, ਹੋ ਗਿਆ ਵਾ ਯੈਸ ਹੋ ਗਿਆ, ਜੋ ਮਰਜ਼ੀ ਕਰ, ਕਿੰਨੇ ਦਾ ਟਾਈਮ ਹੀ ਨਹੀਂ ਹੈ, ਇੱਕ ਘੰਟੇ ਦਾ ਟਾਈਮ ਹੈ ਉਲਟੀ ਦਾ, ਇੰਨੀ ਕੁ ਵੀ ਬਾਹਰ ਆ ਗਈ ਨਾ, ਇੰਨੀ ਗਾਂ ਕਰ ਤੂੰ। ਸੋ ਗਾਇਸ 5 ਕਿੱਲੇ ਰਹਿ ਚੁੱਕੇ ਹੈ ਬਦਮਾਨਸ। ਮੇਰੀ ਇੱਕ ਫਰੈਂਡ ਹੈ, ਉਸਨੇ ਠੀਕ 2 ਦਿਨ ਪਹਿਲੇ ਇਸਕੋ ਬਦਮਾਨਸ ਬੋਲਾ ਵਾ, ਬਸ ਸੱਚੀ ਹੋ ਗਈ ਹੈ ਯਾਰ। ਆਪ ਅਗਰ ਵਲੋਗ ਦੇਖੋਗੀ ਤੋ ਆਪ ਇਹ ਮਾਜ਼ਰਤ ਆਪਨੇ ਕੀ ਥੀ, ਮੈਂ ਆਪਸੇ ਮਾਜ਼ਰਤ ਕਰਤਾ ਹੂੰ, ਮੈਨੇ ਮਾਜ਼ਰਤ ਕਰਵਾਈ ਹੈ, ਵਾਕਈ ਬਦਮਾਨਸ ਹੈ, 24 ਕਿੱਲੇ ਖਾ ਚੁੱਕਾ। ਇਹ ਜਾਸਤੀ ਆ ਸਾ ਜੀ, ਇਹ ਜਾਸਤੀ, ਇਹ ਜਾਸਤੀ ਆ, ਇਹ ਜਾਸਤੀਆਂ ਹੋਣੀਆਂ। ਹਾਂ ਸਾ ਜੀ ਮੈਂ ਤੁਹਾਨੂੰ ਪੈਸੇ ਦੇਵਾਂਗਾ 2 ਕਿੱਲੇ, ਤੁਸੀਂ ਇਮਾਨਦਾਰੀ ਕਰਨੀ ਆ, ਠੀਕ ਆ ਨਾ ਭਾਈ। ਉਹ ਜਿਹੜੇ ਅੱਧੇ ਅੱਧੇ ਸੁੱਟੇ ਆ ਖਾ ਪਹਿਲਾਂ, ਵੱਡੇ ਵੱਡੇ ਕੱਢ ਰਹੇ 2 ਕਿੱਲੇ ਜਾ ਸਾਹਿਬ। ਇੱਧਰ ਸੱਲੂ ਸਾਹਿਬ ਮੇਰੀ ਗੱਲ ਸੁਣੋ, ਆ ਮੇਰੇ ਉਸਤਾਦ ਦੇ ਮੂੰਹੋਂ ਸਾ ਜੀ, ਕੇਲਿਆਂ ਦੇ ਪੈਸੇ ਵੀ ਮੈਂ ਦਿੱਤੇ, ਐਕਸਕ੍ਰੀਮ ਵੀ ਮੈਂ ਖਾਊ, ਇਹਨੂੰ ਕੁਝ ਨਹੀਂ ਖਾ ਜਾਂਦੇ, ਛੱਡ ਦੇ। ਹਾਂ ਚਾਰ ਕਿੱਥੇ ਰਹਿ ਗਏ, 6 ਰਹਿ ਗਏ, 2 ਹੋਰ ਆਣੇ, ਮੈਂ ਉਹ ਨਹੀਂ ਖਾਣੇ। ਨਹੀਂ ਸਾਈ 2 ਕੇਲੇ ਵੱਡੇ ਵਾਲੇ ਰਹਿੰਦੇ, ਇਸ ਤੋਂ ਬਾਅਦ ਮੋਟਰਸਾਈਕਲ ਤੇ ਜਾਣਾ ਘਰ ਪੈਦਲ, ਰੁਪਏ ਲਾਏ ਕਿੱਥੇ ਚੱਲਾਂ, ਉਹਦਾ ਆਪਣਾ ਤਾਬਾ ਕਿੱਲਾ ਹੁੰਦੇ ਆ ਬਸ। ਚੱਲ 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 ਮਕਾ ਮਕਾ, ਰੁਕ ਜਾ, ਟਾਈਮਿੰਗ ਦੀ ਕੋਈ ਗੱਲ ਨਹੀਂ ਹੋਈ, ਇਹਨੂੰ ਕੋਈ ਛੱਡ ਦੇ, ਤਬੀਅਤ ਨਾ ਖਰਾਬ ਕਰ ਲਿਓ ਭਾਈ, ਮੈਂ ਐਕਸਟ੍ਰੀਮ ਵੀ ਖਾ ਲਿਓ, 20 ਖਾ ਲਏ ਆ ਉਹਨੇ, 4 ਤੱਕ 4 ਫਸ ਜਾਣੇ ਆ ਸਰ ਜੀ, ਤੁਹਾਡੇ ਆਪਣੇ ਪੇਟੇ ਨਾ ਪੈ ਜਵੇ, ਵਲੋਗ ਚੜਾਉਣਾ ਮੈਂ, ਬਾਅਦ ਚੋਂ ਹਸਨ ਮੇਰੇ ਘਰ ਆਇਆ ਹੋਵੇ, ਮਾਤ ਮੇਰੇ ਘਰ ਆਇਆ ਹੋਵੇ, ਭਰਾ ਦੇ ਭਰਾ ਬੰਦੀ ਤੇ ਛੱਡ ਦੇ, ਕੇਲਿਆਂ ਦੇ ਪੈਸੇ ਵੀ ਅਸੀਂ ਦੇ ਦਿੱਤੇ, ਐਕਸਟ੍ਰੀਮ ਵੀ ਅਸੀਂ ਖਵਾ ਦਿੰਦੇ ਭਾਈ, ਇੰਨੇ ਬੰਦੇ ਸੋ ਰਹੇ ਭਾਈ, ਮੈਂ ਐਕਸਟ੍ਰੀਮ ਖਵਾ ਦਿੰਦਾ, ਮੈਂ ਕੇਲੇ ਛੱਡ ਦੇ, ਨਹੀਂ ਭਰਾ ਵੀ ਦੇ ਆਇਆ, ਕੱਲ ਨੂੰ ਕੁਛ ਹੋ ਜਾਵੇ ਭਾਈ, ਸਾਨੂੰ ਰੋਣਾ ਪੈਣਾ ਵਾ, ਖਰਾਬ ਆ ਖਾ ਲਾ ਡੀ ਰਾਜ ਇਹਨਾਂ ਨੂੰ।
ਹਾਂ ਜੀ ਜਿੰਨਾ ਰੋਂਦੇ ਆ ਨਾ ਮੈਂ ਐਕਸਟ੍ਰੀਮ ਕੋਈ ਨਹੀਂ ਫਿਰ ਇੱਦਾਂ ਖਵਾਉਣੀ ਆ ਦੋ ਕੇਲੇ ਬਾਅਦ ਚੋਂ ਖਾਏਗਾ ਓ ਯਾਰ ਖਾ ਲਈ ਹਾਂ ਤੈਨੂੰ ਕੀ ਆ ਇੱਧਰ ਦੂਜਾ ਮੂੰਹ ਚ ਜਾਏਗਾ ਇਹ ਤੁਸੀਂ ਖੋ ਜੇ ਤੁਸੀਂ ਲੈ ਰਹੇ ਗੱਲ ਹੋਈ ਭਾਈ ਇੱਥੇ ਆ ਕੇ ਗੱਲ ਹੋਈ ਭਾਜੀ ਇਹਨੇ ਗੱਲ ਕੀਤੀ ਇੱਕ ਕੇਲਾ ਮੁੱਕੇਗਾ ਦੂਜਾ ਮੂੰਹ ਚ ਜਾਏਗਾ ਪਿਛਲੇ 15 ਮਿੰਟਾਂ ਚੋਂ 4 ਕੇਲੇ ਪਏ ਖਾਣ ਹੀ ਨਹੀਂ ਦਿਆ ਫਿਰ ਹਟ ਗਿਆ ਨਾ ਐਦਾਂ ਕੇਲੇ ਕੇਲੇ ਨੂੰ ਕੁਛ ਨੀ ਹੋਇਆ ਕੇਲਾ ਚੇਂਜ ਕਰਾਓ ਗਲਿਆ ਮਾੜਾ ਹੋਇਆ ਕੱਟ ਦੇਣਾ ਜੇ ਬਹੁਤਾ ਗਲਿਆ ਨਹੀਂ ਬਸ ਆ ਵੀ ਬਦਲਵਾਣਾ ਦਿਆ ਕਾਲਾ ਹੋਇਆ ਮੈਂ ਦੇਖੀ ਤੈਨੂੰ ਹੋਰ ਵੱਡਾ ਦਵਾਨਾ ਇਸ ਤੋਂ ਪਹਿਲਾਂ ਉਹ ਦਿਖਾਓ ਕੇਲਾ ਸੀਗਾ ਖਰਾਬ ਇਹਨੇ ਕਿਹਾ ਕੇਲਾ ਬਦਲਵਾਓ ਅਸੀਂ ਕੇਲਾ ਬਦਲਾ ਤਾ ਹੁਣ ਭਾਈ ਨੇ ਭਾਈ ਕਿਹਾ ਜੀ ਮੈਂ ਦਿਖਾਉਂਦਾ ਇਹਨਾਂ ਨੇ ਤੁਹਾਨੂੰ ਆਹ ਕੇਲਾ ਦਿੰਦਾ ਸੀ ਹੁਣ ਇਹ ਖਾਣਾ ਪੈਣਾ ਹਾਰ ਮੰਨ ਲਾ ਕੁਛ ਵੀ ਨੀ ਵਿਗੜਿਆ ਖਤਮ ਸਤਾਰ ਜੀ ਮਾਰੇ ਸਾਥ ਹੈ ਫਰਾਜ਼ ਹਾਰ ਚੁੱਕਾ ਸ਼ਰਤ ਅਭੀ ਸੇ ਫੋਨ ਆ ਗਿਆ ਇਹਨੇ 10 ਮਿੰਟ ਮਾਰ ਜਾਇਆ ਕਰਨੇ ਯੇ ਆਪ ਦੇਖ ਸਕਦੇ ਹੈ ਹਾਰ ਚੁੱਕਾ ਪਸੀਨੇ ਦੇਖੇ ਬਿਲ ਮੰਡੀ ਮੋੜ ਤੇ ਆ ਮੇਰੀ ਗੱਲ ਮਾਧ ਭਾਈ ਆ ਹਸਨ ਭਾਈ ਆ ਹਸਨ ਭਾਈ ਆ ਮੈਂ ਵਲੋਗ ਵਾਲ ਦੇਖਣ ਨਾਲ ਕਮੈਂਟਾਂ ਚ ਦੱਸ ਦੇਣਗੇ ਕੌਣ ਹੋਇਆ ਇੱਧਰ ਆ ਮੇਰਾ ਬੇਟੇ ਇੱਧਰ ਆ ਦੋ ਕੇਲੇ ਪਏ ਹਜੇ ਤੇਰੇ ਇਸ ਤੋਂ ਬਾਅਦ ਚਾਰ ਬਲਕਿ ਦੋ ਜਿਹੜੇ ਤੂੰ ਕੱਟੇ ਆ
ਵਾਪਸ ਨੀ ਲੈ ਲਿਆ ਸੀ ਨਹੀਂ ਹਰ ਗਿਆ ਸੱਲੂ ਸੱਲੂ ਦੇ ਚੈੱਕ ਕਰ ਏਦਾਂ ਬੋਲੀ ਆ ਰਿਹਾ ਹਰ ਗਿਆ ਚਾਚਾ ਜੀ ਸੱਲੂ ਦੀ ਰੇੜੀ ਆ ਚਾਚੇ ਦੇ ਮੂੰਹ ਤੋਂ ਗੱਲ ਹੀ ਨੀ ਨਿਕਲੀ ਕੇਲਾ ਖਾ ਗੱਲ ਨਾ ਸੁਣਾ ਬਾਈ ਦੋ ਕੇਲੇ ਪਏ ਹਜੇ ਇੱਕ ਪੂਰਾ ਲਾ ਦੇ ਹੋਰ ਆ ਨੀ ਖਾਣਾ ਤਾਈ ਵਲੋਗ ਬੰਦ ਕਰਨਾ ਬਹੁਤ ਲੰਬਾ ਹੋ ਗਿਆ ਡਬਲ ਉਹ ਡਬਲ ਸੋ ਗਾਇਸ ਤਾਜੀ ਫੈਸਲਾ ਕਰ ਦੇਗੇ ਫਰਾਜ਼ ਵੀ ਸ਼ਰਤ ਹਾਰ ਚੁੱਕੇ ਤਾਜੀ ਤਾਜੀ ਇਮਾਨਦਾਰੀ ਕਰੋ ਉਹ ਡਬਲ ਦੋਵੇਂ ਉਹਨਾਂ ਹੀ ਹੈ ਦੋਵੇਂ ਨਹੀਂ ਫਿਰ ਆਡੀਅੰਸ ਦੇ ਨਾਲ ਤੁਸੀਂ ਨਹੀਂ ਝੂਠ ਬੋਲ ਸਕਦੇ ਕਿਉਂਕਿ ਤੁਸੀਂ ਵੀ ਯੂਟਿਊਬਰ ਹੋ ਫਕਰਾਦ ਸ਼ੰਕਰ ਗਿਆ ਕਿ ਨਹੀਂ ਖਾਣ ਪੀਣ ਨੂੰ ਪਰੇ ਕਰਕੇ ਦੱਸੋ ਹਰ ਗਿਆ ਗਾਇਸ ਜੀ ਫਿਰ ਕਰਦੇ ਵਲੋਗ ਲੰਬੀ ਵਲੋਗ ਆ ਉਸ ਦੇ ਮਰ ਜਾਣਗੇ ਇਸ ਕੋਈ ਲਾਈਕ ਮਾਰ ਜੇ ਮਿਲੇਗਾ ਇਸ ਵਲੋਗ ਤੋਂ ਤਕਲੀਫ